बेनती कर चुके हैं ते आज भी बेनती करते हैं संगतां नूं, इह जिहड़ा सारा प्रोग्राम मेरी आवाज़ संगतां घर बैठिया भी यूट्यूब फेसबुक जां होर किसी माध्यम राही सुन रही हैं, जो साडे बच्चे स्टूडेंट बच्चियां बच्चे आए हुए ने भारत तों, उन्हां दे नाल शोषण किया जा रहा है ते असी इस गल नूं बिल्कुल बर्दाश्त नहीं करांगे। जेकर गुरद्वारा प्रबंधक कमेटी दे कोल अजिही शिकायत आउंदी आ कि किसी तरह भी किसी भी स्टूडेंट बच्चे बच्ची दे नाल कोई किराएदार जां कोई एम्पलॉई किसी तरह का भी शोषण कर रहे हैं ते असी आप भी कार्रवाई करांगे ते इत्थों दी पुलिस दे राही भी उन्हां दे उत्ते कार्रवाई करावांगे। सो इस दे लई ਇਹ ਬੇਨਤੀ ਕੀਤੀ ਜਾਂਦੀ ਹੈ, ਬਿਸ਼ੱਕ ਬੱਚੇ ਤੁਹਾਡੇ ਕੋਲ ਕਿਰਾਏ 'ਤੇ ਰਹਿ ਰਹੇ ਹਨ ਜਾਂ ਤੁਹਾਡੇ ਕੋਲ ਕੰਮ ਕਰ ਰਹੇ ਹਨ, ਹਾਂ ਉਹਨਾਂ ਦੀ ਕੋਈ ਗਲਤੀ ਆ ਉਹਨਾਂ ਨੂੰ ਢੰਗ ਤਰੀਕੇ ਨਾਲ ਸਮਝਾਓ, ਉਹਨਾਂ ਨੂੰ ਗਾਲਾਂ ਕੱਢਣੀਆਂ ਜਾਂ ਉਹਨਾਂ ਨੂੰ ਕਿਸੇ ਹੋਰ ਕਿਸਮ ਦਾ ਕੋਈ ਸ਼ੋਸ਼ਣ ਉਹਨਾਂ ਦਾ ਕਰਨਾ ਵੀ ਉਹਦਾ ਘਰ ਵਾਲਾ ਘਰ ਨਹੀਂ, ਅਤੇ ਕਿਸੇ ਤਰ੍ਹਾਂ ਦੀ ਵੀ ਕੋਈ ਇਹੋ ਜਿਹੀ ਗਲਤ ਜੋ ਹਰਕਤ ਕਰੇਗਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ। ਔਰ ਸਾਨੂੰ ਕੋਈ ਡਰ ਨਹੀਂ ਪਰ ਕਿਸੇ ਕੋਈ ਕਿਉਂਕਿ ਗੁਰੂ ਘਰ ਉਹਨਾਂ ਸਟੂਡੈਂਟਾਂ ਦੇ ਨਾਲ ਖੜ੍ਹਾ ਹੈ, ਹਮੇਸ਼ਾ ਹੀ ਖੜ੍ਹਾ ਰਹੇਗਾ, ਉਹ ਸਾਡੇ ਬੱਚੇ ਆ, ਉਹ ਸਾਡੀ ਕੌਮ ਦਾ ਭਵਿੱਖ ਹਨ, ਸਾਡੀ ਫੁਲਵਾੜੀ ਆ। ਔਰ ਇਹਨਾਂ ਨੇ ਹੀ ਗਾਹਾਂ ਆਪਣੇ ਜਿਵੇਂ ਸਾਡੇ ਬਜ਼ੁਰਗ 10, 20, 30, 40, 50, 60 ਸਾਲ ਪਹਿਲਾਂ ਆਪਣੇ ਢਿੱਡ ਦੀ ਖਾਤਰ ਪੰਜਾਬ ਤੋਂ ਜਾਂ ਭਾਰਤ ਤੋਂ ਚੱਲ ਕੇ ਇੱਥੇ ਆਏ ਸੀ, ਇਸੇ ਤਰ੍ਹਾਂ ਅੱਜ ਇਹ ਸਟੂਡੈਂਟ ਵੀ ਉਸੇ ਹੀ ਹਾਲਾਤਾਂ ਦੇ ਵਿੱਚ ਲੰਘਦੇ ਹੋਏ ਇੱਥੇ ਪਹੁੰਚੇ ਹਨ। ਸੋ ਇਸ ਲਈ ਸਾਡਾ ਇਹ ਫਰਜ਼ ਬਣਦਾ ਆ ਕਿ ਆਪਾਂ ਉਹਨਾਂ ਨੂੰ ਉਹਨਾਂ ਦਾ ਸ਼ੋਸ਼ਣ ਨਹੀਂ, ਕਿਉਂਕਿ ਇਹਨਾਂ ਚੀਜ਼ਾਂ ਦਾ ਲੇਖਾ ਦੇਣਾ ਪਵੇਗਾ, ਉਹਨਾਂ ਦਾ ਸ਼ੋਸ਼ਣ ਨਹੀਂ ਪਰ ਉਹਨਾਂ ਨੂੰ ਬਣਦਾ ਸਹਿਯੋਗ ਅਤੇ ਸਾਥ ਦੇਈਏ। ਹਾਂ ਜਿਹੜਾ ਕੋਈ ਕੰਮ ਆ ਜਾਂ ਕੋਈ ਜੋ ਵੀ ਹੈਗਾ ਆ ਉਹ ਤਾਂ ਆਪਣੇ ਥਾਂ ਆ, ਪਰ ਸਤਿਕਾਰ ਦੇ ਨਾਲ, ਕਿਉਂਕਿ ਸਾਡੇ ਉਹ ਬੱਚੇ ਨੇ ਅਤੇ ਸਾਡਾ ਉਹ ਫਰਜ਼ ਬਣਦਾ ਆ। ਆਪਾਂ ਵੀ ਉਹਨਾਂ ਦੀ ਥਾਂ 'ਤੇ ਹੋ ਸਕਦੇ, ਆਪਣੇ ਬੱਚੇ ਵੀ ਉਸ ਥਾਂ ਦੇ ਉੱਤੇ ਹੋ ਸਕਦੇ ਆ। ਇਸ ਕਰਕੇ ਇਹ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਇਹ ਬੇਨਤੀ ਆ, ਆਪ ਜੀ ਨੇ ਪ੍ਰਵਾਨ ਕਰਨੀਆਂ ਬੇਨਤੀਆਂ ਨੂੰ। ਸੋ ਹੁਣ ਸਾਡੇ